ਚੰਗਾ ਲੱਗਦੀਆਂ ਜੀ ਸਤਿ ਸ਼੍ਰੀ ਅਕਾਲ ਗਾਇਜ਼ ਗੁੱਡ ਮਾਰਨਿੰਗ ਤੇ ਫਿਰ ਤੋਂ ਸਵਾਗਤ ਅਸੀਂ ਇਸ ਦੇ ਨਾਲ ਮੇਰੇ ਚੈਨਲ ਤੇ ਗਾਇਜ਼ ਸਵੇਰ ਦੇ ਵੱਜ ਗਏ ਆ 5 ਤੇ ਨੀਂਦ ਅੱਖਾਂ 'ਚ ਨਹੀਂ ਪੈ ਰਹੀ ਅਸੀਂ ਗੇੜੀ ਲਾ ਲਈ ਬੜੀ ਹੀ ਸਪੈਸ਼ਲ ਜਗ੍ਹਾ ਚੁਣੀ ਆ ਬੜੀ ਸਪੈਸ਼ਲ ਜੁੜੇ ਰਿਓ ਤੁਹਾਨੂੰ ਦੱਸਦੇ ਆ ਤੇ ਮਿਲਦੇ ਆ ਗੇੜੀ ਦੇ ਨਾਲ ਨਾਲ ਚਲੋ ਜੋ ਜੀ ਤੁਸੀਂ ਰੈਡੀ ਹੋ ਗੇੜੀ ਲਈ चलो आज यार चलिए आजा गेड़ी लान चलिए यार जो मैं नहीं धोता ना तेरे भरा ने नहीं मुंह धोता तेरा फर्ज नहीं बनता आ जा लिफ्ट हो गई बंद ते एदे उड़ गए रंग मेरे रंग दे आपे इतने हैं आ गई चलो बहुत ठंडी हवा चल रही जिदा कि मनजोत जी ने कहा ते एदा सारा स्यापा जे एदा इन्हें पता की क्या दीदी मैनू घुमान ओ मैनू वीरा कहंदी है वीरे मैनू घुमान नहीं लैन जांदियां हुण मैं वीरा की करा वीरा फसिया ठंडा पानी पी मरा ना मरना नहीं पुत आप जाने असं चले हाँ घुमाई जाने बस इदा ही घुमाई जाना अच चलो सवेरे सवेरे वॉक हो रही गाइस ये बंबू गार्ड जी डैमी विरकर बनाया सी मैं बनाया तू तो जिवें तुसी सुनी लिया होना नहीं पता सी कित्थे जा रहे हैं सानू पता सारे जाने लगते गए ने गड्डी च बस थोड़े टाइम तक असि पहुंच भी जाना उठे आशीष जी रानी सुंदरा तेल पै गया गाइस फाइनली वेट ओवर हुई तन्नू दसिए कित्थे आ गए आपा इधर आ ओहो गाइस देखो आपा कित्थे स्पोर्ट ते आए हां जी मेरे और वे खुशी जी सुते उठे यार चेक करो ओहो ऑसम मौसम वाओ व्हाट अ वेदर ਮਨਜੋਤ ਜੀ ਕਿੱਥੇ ਚਲ ਗਏ ਮਨਜੋਤ ਜੀ ਢਿੱਲੇ ਮੱਟੇ ਜੇ ਹੋ ਗਏ ਨੇ ਹੋਰ ਫਿਰ ਅਸੀਸ ਜੀ ਉਹਨਾਂ ਦਾ ਸ਼ੂਟ ਚੱਲ ਵੀ ਪਏ ਆ ਤੇ ਗਾਈਸ ਮੇਰਾ ਗਲਾ ਬਹੁਤ ਜ਼ਿਆਦਾ ਬੈਠਾ ਹੋਇਆ ਪਤਾ ਨਹੀਂ ਕਿਵੇਂ ਬੈਠ ਗਿਆ ਤੇ ਸਾਨੂੰ ਘਰੋਂ ਥਾ ਉਹ ਲੈਣੀ ਚਾਹੀਦੀ ਸੀ ਕੈਟਲ ਹੈ ਨਾ ਚਾਵਲ ਹੀ ਇੱਥੇ ਸਪੋਰਟ 'ਤੇ ਚਾਹ ਬਣਾ ਕੇ ਪੀਣੀ ਚਾਹੀਦੀ ਸੀ ਕੋਈ ਨਾ ਆਪਾਂ ਨੀਚੇ ਪੀਵਾਂਗੇ ਚਾਹ ਕਿਤੇ ਕਿਉਂ ਮਨਜੋਤ ਜੀ ਤੁਸੀਂ ਕਿਉਂ ਢਿੱਲੇ ਹੋ ਗਏ ਹੋ ਕੁੜੀ ਕੁੰਗੜ ਗਈ ਆ ਸਾਰਾ ਕੁਝ ਨਿਕਲ ਗਿਆ ਜੈ ਸ਼ੁਕਰੀ ਚੋ ਉਧਰ ਦੇਖੋ ਦੋ ਹੀਰੋਇਨਾ ਫਿਰੋਜ਼ਪੁਰ ਦਾ ਫਿਰੋਜ਼ਪੁਰ ਦੀ ਆ ਹਾਏ 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 ਗੱਡੀ ਤੀਜੇ ਦਿਨ ਹੁੰਦੀ ਆ ਪਹਾੜਾ ਵਾਲੀ ਕਈ ਕਰੀਏ ਟਾਵਰਾਂ ਤੇ ਚੜ ਜਾ ਮੈਂ ਹੋ ਗਈ ਬਹਿ ਜਾ ਬਹਿ ਤੁਹਾਡੀ ਆ ਗੱਸ ਪਾੜਾ ਹੀ ਇੱਥੇ ਦੀ ਠੰਡ ਲੱਗੀ ਆ ਇੰਨੀ ਦੂਰ ਗੱਡੀ ਲਿਆਉਂਦਾ ਕੀ ਮਤਲਬ ਲਵਾ ਗੰਦ ਪਾਣਾ ਇੱਥੇ ਇੱਥੇ ਪਹਾੜੀਆਂ ਗੰਦ ਸੀ ਸੜਾ ਦੀ ਗੱਲ ਸੁਣ ਪਹਾੜੀਆਂ 'ਚ ਗੰਦ ਪਾ ਕੇ ਚੱਲੀਆਂ ਹੀ ਹਾਏ ਹਾਏ ਬਗੈਰਤ ਲੋਕੀ ਇੱਦਾਂ ਦੇ ਨਹੀਂ ਹੋਣੇ ਚਾਹੀਦੇ ਗੰਦੇ ਲੋਕ ਗੰਦੀ ਸੁਸਤੀ ਕੀ ਕਰੀਏ ਕੀ ਕਰੀਏ ਇੱਥੇ ਕੱਟੀ ਸ਼ਿਮਲੇ ਦੇ ਰਾਹ ਵੱਲ ਪਾ ਲੈਣ ਤੇ ਕੱਟੇ ਖੂਹ ਦੇ ਵਿੱਚ ਮੈਨੂੰ ਜਾ ਲੈਣ ਤੇ ਸੰਗ ਨਹੀਂ ਕੋਈ ਨਾ ਕੋਈ ਪਰਦਾ ਇੱਕੋ ਜ਼ਿੰਦਗੀ ਮੈਂ ਜੋ ਵੀ ਦਿਲ ਕਰਦਾ ਹੱਥਾਂ 'ਚ ਬਲੰਟ ਬਲੰਟ ਮਕਾਏ ਹੁੰਦੇ ਨੇ ਜਿੱਥੇ ਆਏ ਹੁੰਦੇ ਨੇ ਯਾਰ ਛਾਏ ਹੁੰਦੇ ਨੇ ਮੈਂ ਤਗੜਾ ਸ਼ਰਾਬੀ ਛੋਟੀ ਸੋਚ ਵਾਲੇ ਖਾਰ ਆਉਂਦੇ ਬੇਵਜ੍ਹਾ ਮਿੱਤਰਾਂ ਦਾ ਕੰਮ ਬਸ ਮੋਜ ਇਹ ਦੁਬਾਰਾ ਲਾਈਨ ਰਿਪੀਟ ਹੋ ਗਈ ਮੈਂ ਤਗੜਾ ਸ਼ਰਾਬੀ ਖਾਲੀ ਕੀਤੇ ਮੈਂ ਅੱਖਾਂ ਨੇ ਕਿ ਤੂੰ ਅੱਖਾਂ ਨਾਲ ਲਾਉਂਦੀ ਫਿਰ ਦਿਲ ਦੇ ਨਿਸ਼ਾਨੇ ਪਫ ਪਫ ਬਸ ਕੰਮ ਹੋਇਆ ਭਾਰੀ ਲੱਖਾਂ So what happened? गाने नहीं चंगा लगदिया भरावा तेल फूकिया गेड़ी लाई टूल टैक्स कटाए कार्ड तो कटांगे कटांगे
ਅੱਜ ਕੱਢਾਂ ਨਹੀਂ ਚਲਾਇਆ ਯਾਰ ਅਸੀਂ ਚਾਹ ਪੀਣ ਚੱਲੀ ਹੁਣ ਚਾਹ ਚੂ ਪੀਏ ਕੋਈ ਆ ਤਾਂ ਬਾਰੇ ਬਸ਼ਰਮਾ ਆ ਵੇਖੋ ਆ ਉਹ ਤਕੜੀ ਬਸ਼ਰਮਾ ਇਹਦੇ ਕਰਕੇ ਆਪਾਂ ਇਹ ਸੰਗਾ ਬਾਤਾ ਪਰ ਇਹ ਨਹੀਂ ਮੂੰਹ ਉਹ ਸਿਆਣੀ ਨੇ ਆਪਣਾ ਠੰਡ ਲਈ ਫਾਈਨਲੀ ਵੇਖੋ ਇਹਨਾਂ ਦਾ ਸਪੋਰਟ ਕੈਟ ਹੋਏ ਹੋਏ ਕਹਿੰਦੇ ਚਾਹ ਪੀਣੀ ਤੇ ਬਸ ਰੂਫ ਤੇ ਬਹਿ ਕੇ ਰੂਫ ਟੋਪ ਹਾਂਜੀ ਯਾਰ ਕਿੰਨੇ ਤੁਹਾਡੇ ਮੂੰਹ ਬਣੇ ਪਏ ਆ ਦੋ ਦੰਦ ਜਿਹੜੇ ਹੈਗੇ ਤੋੜ ਦੇਣੇ ਮੈਂ ਆ ਦੇਖੋ ਸਤਿ ਸ਼੍ਰੀ ਅਕਾਲ ਥੈਂਕ ਯੂ ਮੈਂ ਸਗੋਂ ਤੁਹਾਡੀ ਮੈਂ ਇੱਧਰ ਵੇਖੋ ਜੂਆ ਕੱਢਾਂ ਜੂਆ ਕੱਢਣ ਦੀ ਕੰਨ ਚੋਂ ਮੈਲ ਕੱਢਾਂ ਦੀ ਮੰਮੀ ਮੈਗੀ ਉਹ ਕੁੜੀ ਨੇ ਮੇਰੇ ਕੋਲ ਆਦਾ ਫੋਨ ਫਾਨ ਤੜਾ ਲੈਣਾ ਅਸੀਸ ਮੈਗੀ ਕਿਹਦੇ ਲਈ ਮੰਗਾਈ ਤੇ ਕੌਣ ਖਾ ਰਿਹਾ ਅੱਛਾ ਠੁੰਗੇ ਮਾਰੇ ਸਾਰੇ ਉਹ ਵਿਚਾਰੀ ਕਿਹਦੇ ਲਈ ਮੰਗਾਈ ਆਈ ਐਮ ਖੁਸ਼ੀ ਗੁਪਤਾ ਮੈਂ ਨੀ ਮਤਲਬ ਜਿਹਦੇ ਲਈ ਮੰਗਾਈ ਉਹਦੀ ਆਈ ਡੀ ਖਾਓ ਖਾਓ ਮਾੜੀ ਜੀ ਮੈਗੀ ਵੀਰ ਕੀ ਹਾਲ ਚਾਲ ਆ ਠੀਕ ਹੈ ਓਏ ਹੋਏ ਉਹ ਪਰੌਂਠੇ ਆ ਗਾਈਸ ਇੰਨੀ ਵਾਈਬ ਘੈਂਟ ਆ ਨਾ ਮਤਲਬ ਮੈਂ ਦੱਸ ਨਹੀਂ ਸਕਦਾ ਇੰਨੇ ਬੋਰਿੰਗ ਮੇਰੇ ਨਾਲ ਆਏ ਨਾ ਕੋਈ ਇਹਨਾਂ ਨੂੰ ਲੱਥੀ ਚੜੀ ਨੀ ਗੀ ਹੈ ਚੁੱਪ ਕਰਕੇ ਖਾ ਲਾ ਹੁਣ ਜੋ ਆਇਆ ਵਾ ਸੱਤ ਬਾਬੇ ਦਾ ਨਾਂ ਲੈ ਕੇ ਸੱਤ ਭਜਨ ਕਰੋ ਲੱਗੀ ਸਮਝ ਆ ਚਾਹੀ ਇਹਨੂੰ ਛੱਡੋ ਆ ਇਹਨੂੰ ਵੀ ਨੀ ਛੱਡੋ ਉਹ ਵੀ ਰਿਜੈਕਟ ਤੂੰ ਫੰਡੇ ਖਾ ਲੋਕੀ ਫੰਡੇ ਖਾ ਕੇ ਫੰਡੇ ਖਾ ਫੰਡੇ ਖਾ ਫੰਡੇ ਖਾ ਆਲੂ ਵਾਲੇ ਕਾਰੀ ਪਰੌਂਠੇ ਮੇਰੇ ਤਾਂ ਅੱਗੇ ਆਵੇ ਮੇਰੇ ਕਾ ਖਾ ਆਲੂ ਵਾਲੇ ਪਰੌਂਠੇ ਆਲੂ ਵਰਗੀ ਆਪ ਹੀ ਪਈ ਆ ਆ ਗੱਲਾਂ ਗਲਤੀ ਵੇਖੋ ਉਹਨਾਂ ਨੂੰ ਪਤਾ ਮੈਂ ਉਹ ਨਿੱਕੇ ਨਿੱਕੇ ਕੱਪਾਂ ਦੀ ਚਾਹ ਨਹੀਂ ਪੀਣੀ ਡੱਬਾ ਡੁੱਬਾ ਨਾ ਪਾ ਦੀ ਅਗਲਿਆਂ ਦਾ ਬਹਿ ਕੇ ਡੱਬਾ ਅੱਛਾ ਪੁੱਛ ਕੇ ਰਾਤ ਪੁੱਛ ਕੇ ਦੇ ਹੁਣ ਹੁਣ ਉਤਰਿਆੜੀ ਜਾ ਦਿਆ ਹੈ ਹਾਂਜੀ ਮੈਮ ਉਤਰ ਗਈ ਹਾਂਜੀ ਹੁਣ ਚੱਲੀਏ ਫਿਰ ਵੇਖ ਲਾ ਦੀ ਕਸੋਲ ਮਾਰ ਲਈ ਗੇੜੀ ਤੈਨੂੰ ਅੱਗ ਲੱਗੀ ਸੀ ਕਸੋਲੀ ਆਇਆ ਅੱਛਾ ਤੇ ਉਹਦਾ ਮੈਂ ਕਸੋਲ ਕਸੋਲ ਲਾਇਆ ਪਾਗਲੇ ਚਲੋ ਓਹੋ ਚੱਲੀਏ ਹੁਣ ਫਿਰ ਲੀ ਗਾਈਸ ਥੱਕੇ ਟੁੱਟੇ ਕੀ ਕਹਿੰਦੇ ਹੁੰਦੇ ਆ ਮੱਛੀ ਪੱਥਰ ਨੂੰ ਚੱਟ ਕੇ ਵਾਪਸ ਆ ਗਈ ਆ ਮੈਂ ਲਿਆ ਕੁਛ ਨੀ ਐਵੇਂ ਹੀ ਧੱਕੇ ਧੁੱਕੇ ਖਾ ਕੇ ਆ ਗਏ ਠੀਕ ਆ ਤੇ ਆ ਵੇਖੋ ਥਕਾਵਟ ਆਉਂਦੇ ਹੀ ਆ ਵੇਖੋ ਹਾਂਜੀ ਮੈਡਮ ਜੀ ਤੇਰਾ ਤੇ ਵੱਜਣ ਵਾਲੀਆਂ ਹੀ ਆ ਇੰਨੇ ਕੁੜੀ ਨੇ ਜਲੂਸ ਹੀ ਕਢਾਇਆ ਕੋਈ ਇਹਨੇ ਫਨ ਨਹੀਂ ਕੀਤਾ ਸੋ ਗਾਈਸ ਬਹੁਤ ਜ਼ਿਆਦਾ ਥੱਕ ਚੁੱਕੀ ਆ ਮੈਂ ਤੇ ਹੋਪ ਤੇ ਸਾਰਿਆਂ ਨੂੰ ਵਲੌਗ ਵੀ ਵਧੀਆ ਲੱਗਾ ਹੋਊਗਾ ਜਿੰਨਾ ਕੁ ਸੋਚਿਆ ਅਸੀਂ ਕੀਤਾ ਉਹਨਾਂ ਕੁ ਤੁਹਾਨੂੰ ਦਿਖਾਤਾ ਇੰਨਾ ਨਹੀਂ ਕਰ ਪਾਏ ਮੈਂ ਡਰਾਈਵ ਕਰ ਕੇ ਥੱਕ ਗਈ ਆ ਦੋਨਾਂ ਲੱਗੀ ਸੌਣ ਮਿਲਦੇ ਆ ਨੈਕਸਟ ਵਲੌਗ 'ਚ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਸ਼ੇਅਰ ਕਮੈਂਟ ਕੋਈ ਤੁਸੀਂ ਨਾ ਸਾਨੂੰ ਚੈਲੰਜ ਵਾਲਾ ਵਲੌਗ ਦੱਸੋ ਕਮੈਂਟ 'ਚ ਜ਼ਰੂਰ ਦੱਸੋ ਕਿ ਅਸੀਂ ਕੋਈ ਚੈਲੰਜ ਵਲੌਗ ਕਰੀਏ ਤੇ ਫਿਰ ਆਪਾਂ ਚੈਲੰਜ ਵਲੌਗ ਵੀ ਕਰਾਂਗੇ ਤੇ ਵੱਧ ਤੋਂ ਵੱਧ ਪਿਆਰ ਦਿਓ ਮਿਲਦਾ ਫਿਰ ਨੈਕਸਟ ਵਲੌਗ 'ਚ